ਉਹਨਾਂ ਨੂੰ ਕਹਿੰਦੇ ਫਿਰ ਉੱਥੇ ਜਾ ਕੇ ਨਾ ਬਰਡਨ ਛੋਟੀ ਏਜ ਵਿੱਚ ਪੈ ਜਾਂਦਾ ਕਿ ਮੈਂ ਆਪਣੇ ਘਰਦਿਆਂ ਨੂੰ ਪੈਸੇ ਕਮਾ ਕੇ ਦੇਣੇ ਆ। ਤਰੱਕੀ ਕਰਨ ਵਾਲਾ ਸਾਰਾ ਯੂਥ ਹੈ, ਜੇ ਸਾਰਾ ਯੂਥ ਉੱਥੇ ਚੱਲ ਜੂਗਾ ਨਾ ਤਾਂ ਫਿਰ ਆਪਣੇ ਇੱਥੇ ਤਾਂ ਤਰੱਕੀ ਨਹੀਂ ਹੋ ਸਕਦੀ ਫਿਰ। ਬਟ ਪਾਪਾ ਦਾ ਇਸ ਤਰ੍ਹਾਂ ਸੀਗਾ ਕਿ ਉਹਨਾਂ ਨੇ ਕਦੇ ਬਰਡਨ ਨਹੀਂ ਪਾਇਆ ਸੀ, ਅਤੇ ਮਤਲਬ ਉਹਨਾਂ ਨੇ ਨਾ ਹਮੇਸ਼ਾ ਲਾਈਕ ਸਾਨੂੰ ਪੂਰੀ ਐਸ਼ ਕਰਾਉਣੀ, ਇੱਛਾ ਕੀ ਚਾਹੀਦਾ ਸਾਡੇ ਨਾ ਟੱਚ, ਮਤਲਬ ਵੀ ਮੂੰਹ 'ਚ ਚੀਜ਼ ਹਲੇ ਬਾਹਰ ਨਹੀਂ ਸੀ ਨਿਕਲਦੀ, ਉਹ ਪਹਿਲੀ ਸਾਹਮਣੇ ਪਈ ਹੁੰਦੀ ਸੀ ਇਸ ਤਰ੍ਹਾਂ ਲਾਈਕ ਇਹਨੂੰ ਟੱਚ ਕਰੀ। ਅੱਛਾ ਵੀ ਯਾਰ ਇਹ ਮੇਰੇ ਫਾਦਰ ਸਾਹਿਬ 'ਤੇ ਪੈਰੀਆਂ ਤਾਲ ਆਉਂਦੇ ਲੋਕ, ਬਿਕੋਜ਼ ਹੈ ਨਾ ਵੀ ਇਹਨਾਂ ਦਾ ਇੱਕ ਰੁਤਬਾ ਹੈ, ਇਹਨਾਂ ਦਾ ਇੱਕ ਰੁਤਬਾ ਹੈ ਨਾ। ਅਤੇ ਫਿਰ ਮੈਨੂੰ ਸਟ੍ਰੈਸ ਮੇਰੇ ਉੱਤੇ ਪੈਣਾ ਸ਼ੁਰੂ ਹੋ ਗਿਆ। ਪਾਪਾ ਕਹਿੰਦੇ ਸੀ, ਕਹਿੰਦੇ ਯਾਰ ਇਹ ਬੱਚੇ ਠੀਕ ਹੈ, ਮੈਂ ਇਹਨਾਂ ਨੂੰ ਫੋਰਸ ਨਹੀਂ ਕੀਤਾ ਕਿ ਵੀ ਆਹ ਬਣਨਾ ਆਹ ਕਰਨਾ, ਇਹ ਮਿਊਜ਼ਿਕ 'ਚ ਚਲੇ ਗਏ ਠੀਕ ਹੈ, ਬਟ ਯਾਰ ਇਹਨਾਂ ਨੇ ਜੋਨਰ ਕੋਈ ਅਲੱਗ ਚੂਜ਼ ਕਰ ਲਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ 7 ਅਤੇ ਮੈਂ ਜੀ ਹਲੀ ਸਾਰੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਮੇਰੇ ਨਾਲ ਨਾ ਬਹੁਤ ਹੀ ਖਾਸ ਇਨਸਾਨ ਬੈਠੇ ਹੋਏ ਨੇ, ਸਰੰਗ ਸਿਕੰਦਰ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਬਹੁਤ ਵਧੀਆ, ਮਤਲਬ ਪਹਿਲੇ ਤੋਂ ਹੀ ਮਹਿਸੂਸ ਹੋ ਰਿਹਾ ਮੈਨੂੰ ਤੁਹਾਡੇ ਨਾਲ ਮਿਲ ਕੇ, ਪੂਰਾ ਇੰਟਰਵਿਊ ਤਾਂ ਬਹੁਤ ਹੀ ਵਧੀਆ ਜਾਣ ਵਾਲਾ, ਆਈ ਹੋਪ ਸੋ, ਕਿਉਂਕਿ ਤੁਹਾਡੀ ਜਿਹੜੀ ਆਸ ਪਾਸ ਪੋਜ਼ਿਟਿਵਿਟੀ ਹੈਗੀ ਹੈ ਉਹੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ। ਥੈਂਕ ਯੂ, ਥੈਂਕ ਯੂ, ਆਈ ਟਰਾਈ ਟਰਾਈਸ ਮਾਈ ਬੈਸਟ ਮਾਈ ਬੈਸਟ। ਅੱਛਾ, ਫਿਲਮ ਆ ਰਹੀ ਹੈ ਪੀ ਆਰ, ਉਹਦੀ ਪ੍ਰਮੋਸ਼ਨ ਚੱਲ ਰਹੀ ਹੈ, ਪੀ ਆਰ ਥੱਪਾ, ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਹੈ ਸਾਰੇ ਫੋਰਨ ਨੂੰ ਹੀ ਭੱਜ ਰਹੇ ਨੇ, ਹੈ ਨਾ, ਅਤੇ ਇਸ ਰਿਲੇਟਡ ਤਾਂ ਚਲੋ ਮੂਵੀ ਕਿਤੇ ਨਾ ਕਿਤੇ ਨਹੀਂ ਹੈਗੀ ਹੈ, ਪਿਆਰ ਰਿਲੇਟਡ ਕਿਤੇ ਨਾ ਕਿਤੇ ਹੈਗੀ ਹੈ। ਬਟ ਪਹਿਲਾ ਕੁਸ਼ਚਨ ਆਪਾਂ ਇਹੀ ਪੁੱਛਦੇ ਹਾਂ ਕਿ ਜਿਹੜਾ ਪਿਆਰ ਰਿਲੇਟਡ ਹੈਗੀ ਹੈ ਮੂਵੀ ਨੂੰ ਲੈ ਕੇ, ਉਹਦੇ ਬਾਰੇ ਮਤਲਬ ਕੁਛ ਰਿਵਿਊਜ਼ ਦੇ ਦਿਉ ਕਿ ਲੋਕਾਂ ਨੂੰ ਸਮਝ ਆ ਜਾਵੇ ਕਿ ਹਾਂ ਮੂਵੀ 'ਚ ਹੈਗੀ। ਇਹ ਮੂਵੀ ਜਿਹੜੀ ਹੈਗੀ, ਤੁਸੀਂ ਟ੍ਰੇਲਰ 'ਚ ਜਿਵੇਂ ਸਾਰਿਆਂ ਨੇ ਦੇਖਿਆ ਹੋਊਗਾ, ਇਟਸ ਅਬਾਊਟ ਅ ਗਾਏ ਐਂਡ ਅ ਗਰਲ, ਕਿ ਇੱਕ ਕੁੜੀ ਹੈ ਉਹ ਆਪਣੇ ਬੋਏਫ੍ਰੈਂਡ ਨੂੰ ਛੱਡ ਕੇ ਜਦੋਂ ਬਾਹਰ ਜਾਂਦੀ ਹੈ, ਤਾਂ ਫਿਰ ਉਹਦਾ ਜਦੋਂ ਬੋਏਫ੍ਰੈਂਡ ਵੀ ਬਾਹਰ ਚਲੇ ਜਾਂਦਾ, ਤਾਂ ਫਿਰ ਉਹਦੀ ਸਟੋਰੀ ਇਸ ਟਾਈਮ ਮੈਨੂੰ ਤੁਸੀਂ ਦੇਖੋਗੇ ਕਿ ਉੱਥੇ ਹੁੰਦਾ ਕੀ ਹੈ। ਫਿਰ ਉੱਥੇ ਹੋਰ ਵੀ ਕੈਰੇਕਟਰਸ ਮਿਲਦੇ ਨੇ ਆਪਸ 'ਚ, ਅਤੇ ਫਿਰ ਲਾਈਕ ਦੈਟਸ ਵਨ ਆਫ ਦ ਬੈਸਟ ਪਾਰਟਸ ਆਫ ਦ ਮੂਵੀ ਆਈ ਵੁੱਡ ਸੇ। ਜੀ ਬਿਲਕੁਲ, ਅਤੇ ਦੂਜੇ ਪਾਸੇ ਜੋ ਆਪਾਂ ਅੱਜ ਦਾ ਯੰਗ ਯੂਥ ਬਾਹਰ ਜਾਣ ਨੂੰ ਜਾ ਰਿਹਾ, ਫਿਰਦਾ ਹੈ ਕਿ ਨਹੀਂ ਯਾਰ ਹੁਣ ਤਾਂ ਬਾਹਰ ਹੀ ਸੈਟਲਮੈਂਟ, ਇੱਥੇ ਤਾਂ ਕੁਛ ਨਹੀਂ ਰੱਖਿਆ, ਕਿਉਂ ਨਹੀਂ ਰੱਖਿਆ ਅਗਰ ਉਹ ਜਾ ਰਿਹਾ? ਐਕਚੁਲੀ ਦ ਥਿੰਗ ਇਜ਼ ਕਿ ਕਸੂਰ ਉਹਨਾਂ ਦਾ ਵੀ ਨਹੀਂ ਹੈਗਾ, ਦ ਥਿੰਗ ਇਜ਼ ਮੈਂ ਵੀ ਬਾਹਰ ਰਹਿੰਦਾ, ਮੈਨੂੰ ਵੀ ਪਤਾ ਉੱਥੇ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੈਗਾ, ਆਈ ਨੋ ਕਿ ਉੱਥੇ ਲੋਕ ਕਿਸ ਤਰ੍ਹਾਂ ਦੇ ਨੇ, ਉੱਥੇ ਦੇ ਨੋਟ ਇੰਡੀਅਨਸ ਬਟ ਨੋਨ ਇੰਡੀਅਨ ਜਿਹੜੇ ਉੱਥੇ ਦੇ ਗੋਰੇ ਆ, ਹੈ ਨਾ, ਉੱਥੇ ਦੇ ਕੈਨੇਡੀਅਨਸ ਨੇ ਉਹ ਕਿਸ ਤਰ੍ਹਾਂ ਦੇ ਆ, ਅਤੇ ਹੈ ਨਾ ਉੱਥੇ ਦੀ ਜੋਬਸ ਕਿੰਨੀ ਵਧੀਆ ਨੇ ਜਾਂ ਕਿੱਦਾਂ। ਇੱਥੇ ਸਾਡੇ ਸਿਸਟਮ 'ਚ ਬਹੁਤ ਕੁਛ ਗਲਤ ਸੀਗਾ, ਅਤੇ ਹੁਣ ਸਰਕਾਰ ਚੇਂਜ ਹੋਈ ਆ, ਆਈ ਹੋਪ ਸਾਰਾ ਕੁਝ ਚੇਂਜ ਹੋ ਜੂਗਾ, ਬਿਕੋਜ਼ ਭਗਵੰਤ ਮਾਨ ਸਾਹਿਬ ਯੂ ਨੋ ਹੀ ਇਜ਼ ਡੂਇੰਗ ਹਿਜ਼ ਬੈਸਟ, ਐਂਡ ਦ ਥਿੰਗ ਇਜ਼ ਦੈਟ ਕਿ ਡਰੱਗਸ ਸੀਗਾ ਇੱਥੇ, ਹੁਣ ਡਰੱਗਸ ਤੋਂ ਦੂਰ ਭੇਜਣ ਲਈ, ਹੁਣ ਦੇਖੋ ਡਰੱਗਸ ਚਾਹੇ ਇੱਥੇ ਆ ਚਾਹੇ ਉੱਥੇ ਆ, ਮੇਰੇ ਹਿਸਾਬ ਨਾਲ ਬੱਚਿਆਂ ਨੂੰ ਹਾਲੇ ਠੀਕ ਹੈ। ਉਹ ਇੱਕ ਬੜੀ ਅੱਛੀ ਗੱਲ ਕਰਮਜੀਤ ਅਨਮੋਲ ਸਰ ਕਹਿ ਰਹੇ ਸੀਗੇ ਕਿ ਬੱਚਿਆਂ ਨੂੰ ਨਾ ਇੱਥੇ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ, ਉਹ ਆਪਣੀ ਘੱਟੋ ਘੱਟ ਬੀ ਏ ਕਰਕੇ ਕਹਿੰਦੇ ਉੱਥੇ ਬਾਹਰ ਜਾਣ, ਬਿਕੋਜ਼ ਇੱਥੇ ਜੋ ਹੈ ਨਾ ਉਹਨਾਂ ਨੂੰ ਕਹਿੰਦੇ ਫਿਰ ਉੱਥੇ ਜਾ ਕੇ ਨਾ ਬਰਡਨ ਛੋਟੀ ਏਜ ਵਿੱਚ ਪੈ ਜਾਂਦਾ ਕਿ ਮੈਂ ਆਪਣੇ ਘਰਦਿਆਂ ਨੂੰ ਪੈਸੇ ਕਮਾ ਕੇ ਦੇਣੇ ਆ। ਬਟ ਦ ਥਿੰਗ ਇਜ਼ ਕਿ ਵੀ ਉਹ ਕਹਿੰਦੇ ਉਹਨਾਂ ਬਹੁਤ ਕੁਛ ਮਿਸ ਕਰ ਦਿੰਦੇ ਨੇ ਫਿਰ ਇੱਥੇ, ਆਪਣੇ ਪੇਰੈਂਟਸ ਨਾਲ ਜਦੋਂ ਰਹਿਣ ਦਾ ਟਾਈਮ ਹੁੰਦਾ ਨਾ, ਇੱਕ ਟਾਈਮ ਸਪੈਂਡ ਕਰਦਾ ਬੱਚਾ, ਪਹਿਲਾਂ ਤਾਂ ਕਿਉਂਕਿ ਸਕੂਲ ਹੁੰਦਾ 6-7 ਘੰਟੇ, ਜਦੋਂ ਉਹ ਸਕੂਲ ਹੁੰਦਾ ਸਕੂਲ ਤੋਂ ਬਾਅਦ ਫਿਰ ਘਰ ਆਉਂਦਾ, ਫਿਰ ਉਹਨੇ ਟਿਊਸ਼ਨ ਪੜ੍ਹਨਾ ਥੋੜ੍ਹਾ ਜਿਹਾ, ਜਦੋਂ ਆਪਣਾ ਕਾਲਜ ਵੀ ਕੰਪਲੀਟ ਕਰ ਲੈਂਦਾ ਕੁਛ ਕਰ ਲੈਂਦਾ ਨਾ, ਤਾਂ ਉਦੋਂ ਫਿਰ ਉਹ ਹੀ ਹੈਜ਼ ਟਾਈਮ ਫੋਰ, ਹੈ ਨਾ, ਆਪਣੀ ਫੈਮਿਲੀ ਨਾਲ ਸਪੈਂਡ ਕਰਨ ਲਈ, ਕਿੱਥੇ ਫਿਰ ਉਹ ਛੁੱਟੀ ਲੱਭੇਗਾ ਜਾਂ ਹੈ ਨਾ ਬਾਅਦ ਚੋਂ ਜੋਬ, ਦ ਥਿੰਗ ਇਜ਼ ਇੱਥੇ ਜੋਬਸ ਹੈਗੀਆਂ, ਬਟ ਉੱਥੇ ਵੀਕੈਂਸੀ ਜੋ ਹੈਗੀ ਆ, ਪੀਪਲ ਵਾਂਟ ਗੁੱਡ ਫਿਊਚਰ, ਫਿਊਚਰ ਹੈ, ਬਟ ਗੱਲ ਫਿਊਚਰ ਦੀ ਹੈ, ਬਿਕੋਜ਼ ਉੱਥੇ ਕਿਉਂਕਿ ਇੰਨੀਆਂ ਫੈਸਿਲਿਟੀਜ਼ ਇਸ ਤਰ੍ਹਾਂ ਦੇ ਨੇ, ਉੱਥੇ ਰੂਲਸ ਇਸ ਤਰ੍ਹਾਂ ਦੇ ਨੇ, ਯੈਸ, ਗੱਲਾਂ ਕਰਨ ਨੂੰ ਕਿ ਤੇ ਰਾਤ ਪੈ ਜੂਗੀ ਇੰਨੀ। ਐਗਜੈਕਟਲੀ ਐਗਜੈਕਟਲੀ, ਸੋ ਦਿਸ ਇਜ਼ ਵਾਟ ਮਾਈ ਪੁਆਇੰਟ ਇਜ਼ ਕਿ ਵੀ ਹੈ ਨਾ ਉੱਥੇ ਤਾਂ ਜਾਂਦੇ ਲੋਕ, ਬਟ ਇੱਥੇ ਵੀ ਜਿਹੜਾ ਸਿਸਟਮ ਹੈਗਾ, ਜੇ ਆਪਾਂ ਇਹ ਦੇਖੀਏ ਕਿ ਯਾਰ ਵੀ ਹਾਂ ਯਾਰ ਉੱਥੇ ਆਪਣੇ ਇੰਡੀਆ ਦੇ ਵਿੱਚ, ਫਿਰ ਮੇਰੇ ਹਿਸਾਬ ਨਾਲ ਤਰੱਕੀ ਕਰਨ ਵਾਲਾ ਸਾਰਾ ਯੂਥ ਹੈ, ਜੇ ਸਾਰਾ ਯੂਥ ਉੱਥੇ ਚੱਲ ਜੂਗਾ ਨਾ ਤਾਂ ਫਿਰ ਆਪਣੇ ਇੱਥੇ ਤਾਂ ਤਰੱਕੀ ਨਹੀਂ ਹੋ ਸਕਦੀ ਫਿਰ ਇਸ ਤਰ੍ਹਾਂ। ਸੋ ਆਈ ਥਿੰਕ ਯੂ ਸ਼ੁੱਡ ਬੀ ਸਰੰਗ, ਜਿਵੇਂ ਸਰਦੂਰ ਜੀ ਨੇ ਆਪਣੇ, ਤੁਸੀਂ ਬਹੁਤ ਗੱਲਾਂ ਦੱਸੀਆਂ, ਉਹ 'ਚ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਨਾ ਉੱਦਾਂ ਹੀ ਰੱਖਿਆ ਦੂਰ
ਇੱਕ ਲਾਈਟ ਕੈਮਰਾ ਐਕਸ਼ਨ ਤੋਂ ਕਿਤੇ ਨਾ ਕਿਤੇ ਦੂਰ ਹੈ ਨਾ, ਉਹਨਾਂ ਨੂੰ ਉੱਦਾਂ ਦੀ ਪਰਵਰਿਸ਼ ਦਿੱਤੀ ਜਿੱਦਾਂ ਆਮ ਲੋਕ ਦਿੰਦੇ ਨੇ. ਅਤੇ ਤੁਹਾਡੇ ਉੱਤੇ ਇੱਦਾਂ ਦਾ ਕੋਈ ਬਰਡਨ ਆਇਆ ਹੋਵੇ ਉਹ ਜਦੋਂ ਪਾਪਾ ਸੀ ਉਹ ਤੋਂ ਪਹਿਲੇ ਕਿ ਇਸ ਕੀ ਉਹਨਾਂ ਨੇ ਪਾਇਆ ਹੋਵੇ ਜਾਣ ਕੇ ਕਿ ਤੁਹਾਨੂੰ ਪਤਾ ਲੱਗੇ ਕਿ ਬਰਡਨ ਹੁੰਦਾ ਕੀ ਹੈ? ਯੂ ਨੋ ਪਾਪਾ ਬਹੁਤ ਯੂ ਨੋ ਲਾਈਕ ਮੰਮਾ ਪਾਪਾ ਨੇ ਐਕਚੁਲੀ ਇੱਦਾਂ ਸੀਗਾ ਕਿ ਮੰਮਾ ਥੋੜ੍ਹੇ ਸਟ੍ਰਿਕਟ ਨੇਚਰ ਦੇ ਨੇ ਅਤੇ ਪਾਪਾ ਨਾ ਥੋੜ੍ਹੇ ਯੂ ਨੋ ਬੜੇ ਸੋਫਟ ਹਾਰਟਡ ਹੈ ਨਾ, ਅਤੇ ਉਹਨਾਂ ਡਰ ਤਾਂ ਸਾਨੂੰ ਪਾਪਾ ਤੋਂ ਜ਼ਿਆਦਾ ਲੱਗਦਾ ਹੁੰਦਾ ਸੀ, ਪਰ ਮੰਮਾ ਦਾ ਇਸ ਤਰ੍ਹਾਂ ਹੁੰਦਾ ਸੀਗਾ ਕਿ ਉਹ ਮੰਮਾ ਨੇ ਹਾਈਪਰ ਹਮੇਸ਼ਾ ਨਾ ਕਿਸੇ ਚੀਜ਼ ਨੂੰ ਲੈ ਕੇ ਉਹ ਸਟੱਡੀ ਨੂੰ ਲੈ ਕੇ ਆ ਕਿਸ ਤਰ੍ਹਾਂ, ਬਿਕੋਜ਼ ਮੰਮਾ ਨੇ ਆਪਣਾ ਕਰੀਅਰ ਥੋੜ੍ਹੀ ਦੇਰ ਲਈ ਉਹਨਾਂ ਨੇ ਬ੍ਰੇਕ ਲਾਤੀ ਸੀਗੀ ਜਦੋਂ ਮੈਂ ਅਤੇ ਛੋਟਾ ਅਸੀਂ ਹੋਏ, ਫਿਰ ਸਾਨੂੰ ਪੜ੍ਹਾਇਆ, ਹੋਮਵਰਕ ਕਰਾਉਣਾ, ਯੂ ਨੋ ਸਾਡੇ 'ਤੇ ਸਾਰਾ ਜ਼ੋਰ ਸਾਡੇ 'ਤੇ ਦਿੱਤਾ, ਬਟ ਪਾਪਾ ਦਾ ਇਸ ਤਰ੍ਹਾਂ ਸੀਗਾ ਕਿ ਉਹਨਾਂ ਨੇ ਕਦੇ ਬਰਡਨ ਨਹੀਂ ਪਾਇਆ ਸਾਡੇ 'ਤੇ, ਮਤਲਬ ਉਹਨਾਂ ਨੇ ਨਾ ਹਮੇਸ਼ਾ ਲਾਈਕ ਸਾਨੂੰ ਮਤਲਬ ਪੂਰੀ ਐਸ਼ ਕਰਾਉਣੀ, ਇੱਛਾ ਕੀ ਚਾਹੀਦਾ ਸਾਡੇ ਨਾ ਟੱਚ, ਮਤਲਬ ਵੀ ਮੂੰਹ 'ਚ ਚੀਜ਼ ਹਲੇ ਬਾਹਰ ਨਹੀਂ ਸੀ ਨਿਕਲਦੀ, ਉਹ ਪਹਿਲਾਂ ਹੀ ਸਾਹਮਣੇ ਪਈ ਹੁੰਦੀ ਸੀ ਇਸ ਤਰ੍ਹਾਂ, ਲਾਈਕ ਯੂ ਨੋ ਟੱਚ ਵੜੀ ਬੈਸਟ ਫਾਦਰ ਇਨ ਦ ਗੈਲੈਕਸੀ. ਦੈਨ ਦ ਥਿੰਗ ਇਜ਼ ਕਿ ਫਿਰ ਬਰਡਨ ਜਿਹੜਾ ਮੇਰੇ ਉੱਤੇ ਪਿਆ ਉਹ ਖੁਦ ਪਿਆ, ਮੈਨੂੰ ਪਤਾ ਨਹੀਂ ਸੀ ਹੈ ਨਾ ਕਿ ਕਿਆ ਹੁੰਦਾ ਵੀ ਯੂ ਨੋ ਵੀ ਸੈਲੈਬ੍ਰਿਟੀ ਕਿਆ ਹੁੰਦਾ ਜਾਂ ਵੀ ਇੰਡਸਟਰੀ 'ਚ ਲੋਕ ਕਿਆ ਨੇ ਜਿਹੜੇ ਸਾਡੇ ਘਰ ਆਉਂਦੇ ਇਹ ਸਿੰਗਰਸ ਨੇ, ਅੱਛਾ ਇਹਨਾਂ ਦਾ ਕਿਆ ਰੁਤਬਾ ਹੈ, ਬਾਰ ਮੈਨੂੰ ਕੁਛ ਨਹੀਂ ਸੀ ਪਤਾ, ਸਕੂਲ ਤੋਂ ਘਰ, ਘਰ ਤੋਂ ਸਕੂਲ. ਅਤੇ ਵੱਧ ਤੋਂ ਵੱਧ ਫਿਰ ਕਿਸੇ ਫੈਮਿਲੀ ਗੈਟ ਟੂਗੈਦਰ 'ਤੇ ਹੋਣਾ ਜਾਂ ਇੰਡਸਟਰੀ ਗੈਟ ਟੂਗੈਦਰ 'ਤੇ. ਫਿਰ ਜਦੋਂ ਹੌਲੀ ਹੌਲੀ ਵੱਡੇ ਹੋਏ, 13-14 ਸਾਲ ਦੀ ਏਜ 'ਚ ਜਾ ਕੇ ਮੈਨੂੰ ਪਤਾ ਚੱਲਿਆ, ਅੱਛਾ ਵੀ ਯਾਰ ਬਾਹਰ ਨਿਕਲਿਆ ਥੋੜ੍ਹਾ ਫਾਦਰ ਸਾਹਿਬ ਨਾਲ ਦੇਖਿਆ, ਅੱਛਾ ਵੀ ਯਾਰ ਇਹ ਮੇਰੇ ਫਾਦਰ ਸਾਹਿਬ 'ਤੇ ਪੈਰੀਆਂ ਤਾਂ ਲਾਉਂਦੇ ਲੋਕ, ਬਿਕੋਜ਼ ਹੈ ਨਾ ਵੀ ਇਹਨਾਂ ਦਾ ਇੱਕ ਰੁਤਬਾ ਹੈ, ਇਹਨਾਂ ਦਾ ਕੋਈ ਰੁਤਬਾ ਹੈ ਨਾ. ਅਤੇ ਫਿਰ ਮੈਨੂੰ ਸਟ੍ਰੈਸ ਮੇਰੇ 'ਤੇ ਪੈਣਾ ਸ਼ੁਰੂ ਹੋ ਗਿਆ ਅਗਰ ਮੈਂ ਪੂਰਾ ਨਹੀਂ ਕਰ ਪਾਇਆ ਉਹਨਾਂ ਵਾਂਗੂ ਨਹੀਂ ਚੱਲਦੀ. ਐਗਜੈਕਟਲੀ ਮੈਨੂੰ ਮੈਨੂੰ ਟੈਨਸ਼ਨ ਹੋਣ ਲੱਗ ਗਈ, ਮੈਂ ਕਿਹਾ ਯਾਰ, ਕਿਉਂਕਿ ਉਸ ਟਾਈਮ ਨਾ 16-17 ਦੀ ਏਜ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਇਹ ਚੀਜ਼ ਪਤਾ ਹੈ ਕਿ ਅਸੀਂ ਜ਼ਿਆਦਾਤਰ ਬਾਹਰ ਰਹਿਣ ਦੇ ਕਾਰਨ ਮੇਰਾ ਰੌਕ ਬੈਂਡ ਹੁੰਦਾ ਸੀ ਪਹਿਲਾਂ, ਅਤੇ ਫਿਰ ਛੋਟਾ ਗਿਟਾਰ ਪਲੇ ਕਰਦਾ ਸੀਗਾ ਅਤੇ ਮੈਂ ਵੋਕਲਿਸਟ ਹੁੰਦਾ ਸੀਗਾ, ਜਿਹੜੇ ਲਾਊਡ ਸਕਰੀਮਿੰਗ ਟਾਈਪਸ ਹੈ ਨਾ ਲਾਈਕ ਹੈ ਨਾ ਵੋਕਲਸ ਹੈ ਨਾ ਉਹ ਸਾਰੇ ਮੈਂ ਦੇਣੇ, ਐਂਡ ਆਈ ਯੂਸ ਟੂ ਸਿੰਗ ਹੈ ਨਾ ਹਾਰਡ ਰੌਕ ਹੈਵੀ ਮੈਟਲ ਥਰੈਸ਼ ਮੈਟਲ. ਅਤੇ ਉਹ ਫਿਰ ਮੈਨੂੰ ਪਾਪਾ ਕਹਿੰਦੇ ਸੀ, ਕਹਿੰਦੇ ਯਾਰ ਇਹ ਬੱਚੇ ਠੀਕ ਹੈ, ਮੈਂ ਇਹਨਾਂ ਨੂੰ ਫੋਰਸ ਨਹੀਂ ਕੀਤਾ ਕਿ ਵੀ ਆਹ ਬਣਨਾ ਆਹ ਕਰਨਾ, ਇਹ ਮਿਊਜ਼ਿਕ 'ਚ ਚਲੇ ਗਏ ਠੀਕ ਹੈ, ਬਟ ਯਾਰ ਇਹਨਾਂ ਨੇ ਜੋਨਰ ਕੋਈ ਅਲੱਗ ਚੂਜ਼ ਕਰ ਲਿਆ ਹੈ ਨਾ ਇਹਨਾਂ ਨੇ. ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਸਾਨੂੰ ਹੌਲੀ 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 ਜਦੋਂ ਨਾ ਮਤਲਬ 14-15-16-17 ਸਾਲ ਦੀ ਏਜ ਦੇ ਵਿੱਚ ਮੈਨੂੰ ਰੀਅਲਾਈਜ਼ ਹੋਇਆ ਕਿ ਯਾਰ ਵੀ ਯਾਰ ਮੈਂ ਸ਼ਾਇਦ ਨਾ ਗਲਤ ਕਰ, ਉਹ ਵੀ ਐਕਚੁਅਲੀ ਮੈਚਿਓਰਿਟੀ ਆਉਂਦੀ ਨਾ ਹੌਲੀ ਹੌਲੀ. ਅਤੇ ਆਈ ਵਾਜ਼ ਲਾਈਕ, ਮੈਂ ਕਿਹਾ ਯਾਰ ਵੀ ਇਹ ਮੈਂ ਕੀ ਕਰਾਂ, ਮੈਂ ਕਿਹਾ ਵੀ ਇਹ ਮੈਂ ਤਾਂ ਗਲਤ ਪਾਸੇ ਪੈ ਗਿਆ. ਜਦੋਂ ਮੈਨੂੰ ਕੋਈ ਆ ਕੇ ਪੁੱਛੇ, ਅੱਛਾ ਤੁਸੀਂ ਉਹਨਾਂ 'ਤੇ ਬੈਠੇ ਹੋ, ਤੁਸੀਂ ਵੀ ਫਿਰ ਗਾਉਂਦੇ ਹੋਣੇ ਉੱਦਾਂ, ਮੈਂ ਕਿਹਾ ਜੀ ਨਹੀਂ ਮੇਰਾ ਤਾਂ ਇੱਦਾਂ ਰੌਕ ਬੈਂਡ ਆ. ਉਹਨਾਂ ਨੂੰ ਪਹਿਲਾਂ ਤਾਂ ਸਮਝ ਨਾ ਆਇਆ ਕਰੇ ਵੀ ਹੁੰਦਾ ਕਿਆ ਹੈ, ਫਿਰ ਮੈਂ ਉਹਨਾਂ ਨੂੰ ਸਮਝਾਵਾਂ ਵੀ ਅਸੀਂ ਇੰਗਲਿਸ਼ 'ਚ ਗਾਣੇ ਗਾਉਂਦੇ ਹਾਂ. ਉਹ ਕਹਿੰਦੇ ਅੱਛਾ ਇੰਗਲਿਸ਼ 'ਚ ਗਾਉਂਦੇ, ਫਿਰ ਡਿਸਅਪੋਇੰਟਮੈਂਟ ਜੀ ਨਾ ਉਹਨਾਂ ਦੇ ਚਿਹਰੇ ਦੇ ਉੱਤੇ, ਉਹ ਮੈਨੂੰ ਬੜਾ ਤੰਗ ਕਰਿਆ ਕਰੇ. ਫਿਰ ਮੈਂ ਥੋੜ੍ਹਾ ਜਿਹਾ ਰਿਆਜ਼ ਸ਼ੁਰੂ ਕੀਤਾ, ਜਿਹੜਾ ਛੋਟਾ ਸੀਗਾ ਅਲਾਪ ਉਹ ਤਾਂ ਸ਼ੁਰੂ ਤੋਂ ਹੀ ਮਤਲਬ ਗਾਉਂਦਾ ਸੀਗਾ. ਮੈਂ ਆਈ ਥਿੰਕ 10-12 ਸਾਲ ਪਹਿਲਾਂ ਸ਼ੁਰੂ ਕੀਤਾ, ਮਤਲਬ ਜੋ ਸਾਡੇ ਖਾਨਦਾਨ ਦਾ ਮੇਰੇ ਕਲਾਸਿਕਲ ਸੀਗਾ, ਜਿਹੜਾ ਸਾਡਾ ਆਈ ਥਿੰਕ ਮੋਰ ਦੈਨ 500 ਈਅਰਸ ਤੋਂ ਮੇਰਾ ਜੋ ਖਾਨਦਾਨ ਉਹ ਸਾਡਾ ਗਾਉਂਦਾ ਆ ਰਿਹਾ, ਉਹ ਜਿਹੜੀ ਕਲਾਸਿਕਲ ਚੀਜ਼ ਹੈਗੀ ਆ ਉਹ ਫਿਰ ਉਹ ਜੀਨਸ ਹੀ ਸੀਗੀ. ਬਟ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੀ ਲਾਈਨਸ ਹੀ ਟੁੱਟਣੀ ਬਣਦੀ ਸੀ ਤੁਹਾਡੇ ਥਰੂ. ਮੇ ਬੀ ਮੈਨੂੰ ਲੱਗਦਾ ਵੀ ਹੈ ਨਾ, ਉਹ ਚਲੋ ਪਾਪਾ ਐਕਚੁਅਲ 'ਚ ਨਾ ਇਹ ਫਾਦਰ ਸਾਹਿਬ ਤੋਂ ਹੋਇਆ ਸ਼ੁਰੂ, ਐਕਚੁਅਲੀ ਨੋਟ ਜਸਟ ਲਾਈਕ ਮੇਰੇ ਤੋਂ. ਜਦੋਂ ਐਕਚੁਅਲ ਪਾਪਾ ਨੂੰ ਸਮਝ ਆਉਂਦੀ ਸੀ ਨਾ ਕਿ ਯਾਰ ਇਹ ਪਤਾ ਨਹੀਂ ਕਿਆ ਕਰਨਗੇ ਅੱਗੇ ਜਾ ਕੇ, ਹੁਣ ਇੱਦਾਂ ਦਾ ਨਾ ਚੀਕ ਝਾੜ ਜੇ ਟਾਈਪ ਗਾਣੇ ਗਾਉਣ ਲੱਗ ਗਏ, ਅਤੇ ਫਿਰ ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਯਾਰ ਪਾਪਾ ਡਿਸਅਪੋਇੰਟ ਜਿਹੇ ਹੋ ਰਹੇ ਨੇ. ਉੱਤੋਂ ਤੋਂ ਕਹਿੰਦੇ ਹਾਂ ਹਾਂ ਠੀਕ ਹੈ ਗੁੱਡ. ਇਹਨਾਂ ਨੂੰ ਅੰਦਰੋਂ ਮੈਂ ਕਿਹਾ ਯਾਰ ਪਾਪਾ ਦੀ ਅੱਖਾਂ ਦੱਸ ਰਹੀਆਂ ਵੀ ਇਹਨਾਂ ਨੂੰ ਅੰਦਰੋਂ ਨਹੀਂ ਸ਼ਾਇਦ ਪਸੰਦ ਇਹ, ਬਿਕੋਜ਼ ਫਾਦਰ ਸਾਹਿਬ ਕਹਿੰਦੇ ਸੀਗੇ, ਕਹਿੰਦੇ ਯਾਰ ਅਸੀਂ ਨਾ ਜਦੋਂ ਗਾਉਣ ਜਾਣਾ ਨਾ ਗਜ਼ਲ ਰੇਡੀਓ ਪ੍ਰੋਗਰਾਮ 'ਤੇ, ਤਾਂ ਕਹਿੰਦੇ ਅਸੀਂ ਕਿਰਾਏ ਲੈ ਕੇ ਜਾਣੇ ਗੁਆਂਢੀਆਂ ਤੋਂ, ਬੱਸ ਦਾ ਕਿਰਾਇਆ ਲੈ ਕੇ ਜਾਣਾ ਵੀ ਸਾਨੂੰ ਰੇਡੀਓ ਤੋਂ ਸੁਣਿਓ. ਉਹ ਕਹਿੰਦੇ ਹੁਣ ਨਹੀਂ ਕਿਰਾਇਆ ਦੇਣਾ ਅਸੀਂ. ਇੱਕ ਵਾਰੀ ਬੰਦਾ ਕਹਿੰਦਾ ਜੀ ਕਿਉਂ ਹੈ ਨਾ ਵੀ ਮੇਰੇ ਪਾਪਾ ਉਹਨਾਂ ਨੂੰ ਕਹਿਣ ਲੱਗੇ ਕਿਆ ਹੋ ਗਿਆ ਸਰ,
ਕਹਿੰਦੇ ਤੁਸੀਂ ਉਹ ਗਾਣੇ ਗਾਣੇ ਜਿਹੜੇ ਰਾਸ਼ਟਰਪਤੀ ਮਰਨ ਤੇ ਗਾਈ ਦਿੰਦੇ ਨੇ ਸਾਰੀ ਸੈਡ ਸੌਂਗਸ ਹੋ ਗਏ ਨਹੀਂ ਹੀ ਵਾਸ ਨਾਟ ਲਾਈਕ ਅ ਮਿਊਜ਼ੀਕਲ ਪਰਸਨ ਹਨਾ ਸੋ ਦਿਸ ਇਜ਼ ਵਾਈ ਉਹਨੂੰ ਸਮਝ ਨਹੀਂ ਆਇਆ ਕਿ ਵੀ ਹੈ ਨਾ ਉਹ ਕਿੱਦਾਂ ਦੇ ਗਾਣੇ ਹੁੰਦੇ ਉਹ ਗਜ਼ਲ ਬੜਾ ਲਾਈਟ ਮਿਊਜ਼ਿਕ ਆ ਹਨਾ ਸਾਰੰਗ ਜਿਵੇਂ ਤੁਹਾਡੇ ਫਾਦਰ ਸਾਹਿਬ ਨੂੰ ਵੀ ਕਿੰਨਾ ਹੈ ਨਾ ਕ੍ਰਿਟਿਕਸ ਦਾ ਸਾਹਮਣਾ ਕਰਨਾ ਪਿਆ ਇੱਕ ਦਿਸ ਇਜ਼ ਵਾਈ ਹੀ ਸੈਡ ਨਾ ਕਹਿੰਦੇ ਅਸੀਂ ਮੋਟਾ ਜਦੋਂ ਗਾਇਆ ਫਿਰ ਮੋਟਾ ਕਮਾਇਆ ਫਿਰ ਪਾਪਾ ਕਹਿੰਦੇ ਸੀਗੇ ਕਿ ਵੀ ਹੁਣ ਫਿਰ ਜਦੋਂ ਮਿੱਤਰਾਂ ਨੂੰ ਮਾਰ ਗਿਆ ਤੇਰਾ ਠੁਮਕਾ ਗਾਇਆ ਫਿਰ ਕਹਿੰਦੇ ਫਿਰ ਪ੍ਰੋਗਰਾਮ ਤੇ ਪ੍ਰੋਗਰਾਮ ਆਉਣ ਲੱਗ ਗਏ ਸਾਨੂੰ ਤੇ ਸਾਰੰਗ ਇਹਦੇ ਹੀ ਥਰੂ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦੀ ਹਾਂ ਜਿਵੇਂ ਕਿ ਤੁਸੀਂ ਬਿਲਕੁਲ ਡਾਕਟਰ ਦਾ ਬੇਟਾ ਅਗਰ ਉਹ ਬਣ ਜਾਏ ਮਿਊਜ਼ੀਸ਼ੀਅਨ ਤਾਂ ਪੰਗਾ ਪੈਂਦਾ ਹੈ ਕਰੇ ਇੱਥੇ ਮਿਊਜ਼ੀਸ਼ੀਅਨ ਦਾ ਬੇਟਾ ਮਿਊਜ਼ੀਸ਼ੀਅਨ ਬੜਾ ਤਾਂ ਵੀ ਪੰਗਾ ਪੈਂਦਾ ਕਰੇ ਪਤਾ ਕਿ ਉਹ ਜਗ੍ਹਾ ਕੰਪਲੀਟ ਕਰਨੀ ਬੜੀ ਔਖੀ ਹੁੰਦੀ ਆ ਲਾਈਕ ਬਿਕੋਜ਼ ਇਫ ਯੋਰ ਫਾਦਰ ਇਜ਼ 100% ਯੂ ਹੈਵ ਟੂ ਬੀ ਐਟਲੀਸਟ 80% ਨੀਅਰ ਹਿਮ ਹੁਣ ਸਾਨੂੰ ਬਾਹਰੋਂ ਇਹ ਅੱਛਾ ਅੱਛਾ ਫਿਰ ਤਾਂ ਤੁਸੀਂ ਵੀ ਉੱਦਾਂ ਦਾ ਗਾਉਂਦੇ ਹੋਵੋਗੇ ਇਹ ਪਹਿਲਾਂ ਤਾਂ ਇਹ ਸੁਣ ਕੇ ਪ੍ਰੈਸ਼ਰ ਸਾਡੇ ਇੱਡਾ ਦਿਮਾਗ ਦੇ ਉੱਤੇ ਪੈ ਜਾਂਦਾ ਕਿ ਯਾਰ ਵੀ ਪਤਾ ਨਹੀਂ ਹੈ ਨਾ ਵੀ ਅਸੀਂ ਵੀ ਯਾਰ ਜਿਨ ਵੀ ਅਸੀਂ ਗਾਉਂਗੇ ਸਾਡੀ ਆਵਾਜ਼ ਡਿਫਰੈਂਟ ਆ ਸਾਡਾ ਸੁਰ ਡਿਫਰੈਂਟ ਆ ਹੈ ਨਾ ਸਾਡੀ ਰੂਹ ਡਿਫਰੈਂਟ ਆ ਸਾਡੀ ਜੀਨਸ ਚਾਹੇ ਸੇਮ ਨੇ ਸਾਡਾ ਬਲੱਡ ਸੇਮ ਆ ਬਟ ਵੀ ਆਰ ਨੋਟ ਦ ਸੇਮ ਪਰਸਨ ਸੋਲੋ ਅਸੀਂ ਉਹ ਅਸੀਂ ਖੁਦ ਸਰਦੂਲ ਸਿਕੰਦਰ ਸਾਹਿਬ ਨਹੀਂ ਆ ਸਾਡੇ 'ਚੋਂ ਦੇਖਿਆ ਜਾਂਦਾ ਜ਼ਰੂਰ ਉਹਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੇ ਬੱਚੇ ਹਾਂ ਅਸੀਂ ਉਹਨਾਂ ਦੀ ਔਲਾਦ ਹਾਂ ਦੈਟਸ ਵਾਈ ਸੋ ਫਿਰ ਐਕਸਪੈਕਟੇਸ਼ਨਸ ਰਹਿੰਦੀਆਂ ਨੇ ਬਟ ਇੱਦਾਂ ਨਹੀਂ ਹੈਗਾ ਕਿ ਅਸੀਂ ਉਹ ਐਕਸਪੈਕਟੇਸ਼ਨਸ ਹੈ ਨਾ ਵੀ ਲੋਕਾਂ ਦੀ ਤੋੜਾਂਗੇ ਜਾਂ ਕੁਛ ਇਸ ਤਰ੍ਹਾਂ ਇਸ ਕਰਕੇ ਅਸੀਂ ਡਬਲ ਮਿਹਨਤ ਕਰਨੀ ਸ਼ੁਰੂ ਕਰਤੀ ਆਈ ਥਿੰਕ ਕਿ ਅਗਰ ਉਹਨਾਂ ਨੇ ਇੱਕ ਚੀਜ਼ ਬਣਾਈ ਇੱਕ ਰਿਕਾਰਡ ਬਣਾਇਆ ਤਾਂ ਆਈ ਥਿੰਕ ਤੁਸੀਂ ਇੱਕ ਨਵਾਂ ਰਿਕਾਰਡ ਕਰ ਸਕਦੇ ਹੋ ਆਪਣਾ ਹਿਪ ਹੋਪ ਇੱਦਾਂ ਡੈਸ਼ਿੰਗ ਮਿਊਜ਼ਿਕ ਸੋ ਦੈਟ ਕਿ ਲੋਕਾਂ ਜੋ ਉਹੀ ਗੱਲ ਆ ਗਈ ਨਾ ਜੋ ਲੋਕ ਸੋਚਦੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਕਰ ਲਿਆ ਫਿਰ ਆਪਾਂ ਕੌਣ ਰਹੇ ਰਾਈਟ ਦ ਥਿੰਗ ਇਜ਼ ਮੈਂ ਇੱਕ ਕੋਟੇਸ਼ਨ ਲਿਖੀ ਸੀਗੀ ਬਹੁਤ ਦੇਰ ਪਹਿਲਾਂ ਆਈ ਥਿੰਕ 2012-13 'ਚ ਮੈਨੂੰ ਇੱਦਾਂ ਹੀ ਨਾ ਮੇਰੇ ਦੋਸਤ ਪੁੱਛ ਰਿਹਾ ਸੀਗਾ ਕਹਿੰਦਾ ਨਹੀਂ ਨਹੀਂ ਯਾਰ ਅੱਜ ਕੱਲ੍ਹ ਆਹੀ ਚੱਲਦਾ ਆਪਾਂ ਐਂ ਕਰਾਂਗੇ ਮੈਂ ਕਿਹਾ ਯਾਰ ਆਪਾਂ ਇਹ ਕਿਉਂ ਸੋਚਦੇ ਕਿ ਅੱਜ ਆਹ ਚੱਲਦਾ ਮੈਂ ਕਿਹਾ ਇਹ ਕਿਉਂ ਨਹੀਂ ਸੋਚ ਕੇ ਅੱਜ ਇਹ ਚਲਾਉਣਾ ਹੈ ਉਹ ਤੁਸੀਂ ਉਹ ਬਣਾਓ ਜੋ ਮਤਲਬ ਇਟਸ ਨੋਟ ਕਿ ਵੀ ਹੈ ਨਾ ਤੁਸੀਂ ਜੋ ਚੱਲ ਰਿਹਾ ਉਹ ਕਰੋ ਤੁਸੀਂ ਇਹ ਸੋਚੋ ਕਿ ਚਲਾਉਣਾ ਕੀ ਹੈ ਹੁਣ ਇਸ ਜ਼ਮਾਨੇ 'ਚ ਮੈਂ ਸੋ ਉਹਨਾਂ ਕ੍ਰੀਏਟਿਵਿਟੀ ਵੀ ਤੁਹਾਡੀ ਵੱਧਦੀ ਆ ਤੁਸੀਂ ਕੋਈ ਨਵਾਂ ਲੈ ਕੇ ਆਉਂਦੇ ਉਹਦੇ ਨਾਲ ਬਹੁਤ ਸਾਰੀ ਚੀਜ਼ਾਂ ਲੇਕਿਨ ਇੱਕ ਹੋਰ ਮੈਂ ਆਈ ਵਾਂਟ ਫਰੋਮ ਯੂ ਕਿ ਤੁਸੀਂ ਇੱਕ ਯੰਗ ਹੋ ਯੰਗ ਏਜ ਹੋ ਤੁਸੀਂ ਇਸ ਲਾਈਨ 'ਚ ਹੋ ਕਾਫੀ ਟਾਈਮ ਤੋਂ ਜੋ ਆਪਣੇ ਸਾਡੇ ਵਰਗਾ ਯੂਥ ਹੈ ਉਹ ਇਸ ਲਾਈਨ 'ਚ ਆਉਣਾ ਚਾਹੁੰਦਾ ਹੈ ਬਟ ਉਹਦਾ ਨਾ ਕੋਈ ਹੱਥ ਨਹੀਂ ਫੜਦਾ ਆਈ ਨੋ ਕਿ ਤੁਹਾਡੇ ਫਾਦਰ ਦਾ ਹੱਥ ਨਹੀਂ ਫੜਿਆ ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦੇ ਥਰੂ ਪਹਿਚਾਣ ਜ਼ਰੂਰ ਮਿਲ ਗਈ ਇੰਡਸਟਰੀ ਦੇ ਵਿੱਚ ਲੇਕਿਨ ਉਹ ਯੰਗਸਟਰ ਲਈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਜਿਹੜੇ ਲੋਕ ਸ਼ੋਰਟਕੱਟਸ ਸੋਚਦੇ ਨੇ ਕਿ ਯਾਰ ਨਹੀਂ ਅਸੀਂ ਨਾ ਹੁਣ ਕਿਉਂਕਿ ਜਿਹੜੀਆਂ ਚੀਜ਼ਾਂ ਟੈਕਨੀਕਲੀ ਈਜ਼ੀ ਵੀ ਹੋ ਗਈਆਂ ਉਹ ਕਿਤੇ ਨਾ ਨੁਕਸਾਨ ਵੀ ਕਰਦੀ ਪਈਆਂ ਸਿੱਖ ਕੇ ਆਓ ਇਟਸ ਨੋਟ ਲਾਈਕ ਕਿ ਯਾਰ ਵੀ ਸਿੱਖਣ ਨੂੰ ਬਹੁਤ ਟਾਈਮ ਲੱਗ ਜੂਗਾ ਸਾਡਾ ਟਾਈਮ ਨਿਕਲ ਜੂਗਾ ਮੈਨੂੰ ਇਹ ਦੱਸੋ ਕਿ ਤੁਹਾਡੀ ਕਿਸੇ ਨਾਲ ਰੇਸ ਲੱਗੀ ਹੋਈ ਆ ਹੈ ਨਾ ਤੁਸੀਂ ਰੇਸ 'ਚ ਨਹੀਂ ਹੈਗੇ ਕਿਸੇ 'ਚ ਤੁਸੀਂ ਵੀ ਯਾਰ ਨਹੀਂ ਉਹ ਅਗਲਾ ਮੇਰੇ ਤੋਂ ਅੱਗੇ ਨਾ ਭੱਜਵੇ ਤੁਸੀਂ ਜੈਲਸ ਨਾ ਕਰੋ ਕਿਸੇ ਨਾਲ ਤੁਸੀਂ ਆਪਣਾ ਮੁਕਾਮ ਬਣਾਉਣਾ ਬਣਾ ਲਓ ਬਟ ਦ ਥਿੰਗ ਇਜ਼ ਤੁਸੀਂ ਰੇਸ ਨਹੀਂ ਲਾ ਰਹੇ ਐਟਲੀਸਟ ਬੇਸਿਕ ਤਾਂ ਸਿੱਖੋ ਕਲਾਸੀਕਲ ਸਿੱਖੋ ਤੁਹਾਨੂੰ ਪਤਾ ਤਾਂ ਹੋਵੇ ਮਿਊਜ਼ਿਕ ਕਿਸ ਚੀਜ਼ ਨੂੰ ਕਹਿੰਦੇ ਆ ਕਿਉਂਕਿ ਰਿਸਪੈਕਟ ਜਿਹੜੀ ਹੈ ਨਾ ਕਲਾਕਾਰ ਦੀ ਰਿਸਪੈਕਟ ਜਿਹੜੀ ਕਲਾਕਾਰ ਦੀ ਆ ਉਹ ਪਿਛਲੇ ਜ਼ਮਾਨੇ 'ਚ ਤਾਂ ਹੁੰਦੀ ਸੀ ਕਿਉਂਕਿ ਦੂਸਰੇ ਕਲਾਕਾਰ ਨੂੰ ਪਤਾ ਹੁੰਦਾ ਸੀਗਾ ਕਿ ਯਾਰ ਇਹ ਗਾਣਾ ਇਹ ਜਿਹੜਾ ਬੰਦਾ ਗਾ ਰਿਹਾ ਇਹ ਕਿੰਨਾ ਮੁਸ਼ਕਿਲ ਹੈ ਕਿਉਂਕਿ ਉਹਨੇ ਵੀ ਉੱਦਾਂ ਦਾ ਰਿਆਜ਼ ਕੀਤਾ ਹੁੰਦਾ ਸੀ ਜੇ ਉਹ 100% 'ਤੇ ਖੜਾ ਨਾ ਤਾਂ ਸਾਹਮਣੇ ਵਾਲਾ ਕਲਾਕਾਰ ਵੀ 100% 'ਤੇ ਆ ਤੈਨੂੰ ਪਤਾ ਹੈ ਕਿ ਯਾਰ ਉਹਨੇ ਰਿਆਜ਼ ਕੀਤਾ ਆਹ ਜਿਹੜੀ ਚੀਜ਼ ਹੈ ਨਾ ਆਹ ਕਲਾਸੀਕਲ ਦੇ ਵਿੱਚ ਕਹਿੰਦੇ ਆਹ ਹਰਕਤ ਲਗਾਉਣੀ ਆ ਮੁਰਕੀ ਆ ਇਰਾਦਾ ਲਗਾਉਣਾ ਹਾਂ ਸੋ ਵੀ ਇਹ ਮੁਸ਼ਕਿਲ ਹੈ ਹੈ ਨਾ ਵੀ ਇਹਨੇ ਬਹੁਤ ਅੱਛਾ ਲਗਾਇਆ ਹੁਣ ਇਹ ਜ਼ਮਾਨੇ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਅਗਲੇ ਨੂੰ ਪਤਾ ਰਿਸਪੈਕਟ ਵੀ ਨਹੀਂ ਰਹੂਗੀ ਕਿਸੇ ਦੀ ਕਿ ਜੇ ਉਹਨੂੰ ਹਾਂ ਉਹਨੂੰ ਕਿਉਂਕਿ ਉਹਨੂੰ ਪਤਾ ਪਹਿਲਾਂ ਮਿਹਨਤ ਪਤਾ ਹੁੰਦੀ ਸੀਗੀ ਕਿ ਯਾਰ ਅੱਛਾ ਨੇ ਮਿਹਨਤ ਕੀਤੀ ਆ ਜਿਵੇਂ ਮੈਂ ਮਿਹਨਤ ਕਰਕੇ ਆਇਆ ਵੀ ਉਹ ਸੇਮ ਮਿਹਨਤ ਕਰਕੇ ਆਇਆ ਇਸ ਜ਼ਮਾਨੇ 'ਚ ਹੁਣ ਇਸ ਤਰ੍ਹਾਂ ਨਾ ਹੋਵੇ ਕਿ ਵੀ ਯਾਰ ਬੰਦਾ ਸ਼ੋਰਟਕੱਟ ਯੂਜ਼ ਕਰ ਲਵੇ ਆਟੋ ਟਿਊਨਰ ਲਗਾ ਕੇ ਗਾਵੇ ਕੁਛ ਵੀ ਲਿਰਿਕਸ ਆਉਂਦੇ ਆ ਉਹਨੂੰ ਗੱਲਾਂ ਹੀ ਨਹੀਂ ਹੁੰਦੀਆਂ ਮੈਂ ਤਾਂ ਲਿਰਿਕਸ ਵੀ ਨਹੀਂ ਕਹਿੰਦਾ ਉਹ ਗੱਲਾਂ ਹੀ ਹੁੰਦੀਆਂ ਨੇ ਇਟਸ ਜਸਟ ਲਾਈਕ ਹਾਂ ਫਲਾਣੇ ਨੇ ਐਂ ਕਰਤਾ ਉਹਨੇ ਐਂ ਕਰਤਾ ਮੈਂ
डोंट ट्राई टू एक्ट टफ, बिकॉज जेडे टफ लोग होंगे ना उन्होंने दसते नहीं होंगे अपने मुँह चो बोल के कि भी असी टफ हाँ असी कैंट हाँ असी ये है वो है, बट हाँ तुम कमरशियल कुछ करना, तुम कुछ अच्छा वैसी कुछ ऐसा गाना गा दो, कोई हैप्पी मूड टाइप का गाना गा दो, है ना। हूँ दिलजीत भाई उन्होंने गाने भी चलते हैं, जरूरी नहीं है कि उन्होंने गैंगस्टर टाइप गाने चलते हैं। इट्स नॉट लाइक भी हाँ हूँ दिल है ना, हूँ सारे हूँ उन्होंने गाने सुनते भी ने प्यार भी करते हैं, हूँ मित्रां दे जंक्शन इट्स नॉट इट्स अ हैप्पी सॉन्ग, इट्स लाइक कमर्शियल भी आ बट वो नाल नाल इट हैज़ लाइक अनदर टाइप ऑफ अ मूड, इट्स नॉट के भी हाँ इक्यो गल हो रही है कि आई एम सो टफ लुक एट मी दिस दैट, सो इट्स जस्ट के शॉर्टकट्स ना अपनाओ, लिरिक्स की जी थोड़ी चोन है वो ठीक रखो, जदों एक जदों थोड़ी एक चीज़ शब्दों की चोन तुसी अच्छी रखो, जदों थोड़ी एक चीज़ लोगों ने एक्सैप्ट कर ली उदी कॉपी कर करके लोग आएंगे दोबारा के कहेंगे कि यार भी यार असी ना इदा की चीज़ करनी है फलाने बंदे ने की सी वो अच्छी होनी चाहिए, आ नहीं कि यार कोई बंदा थोड़े फॉर एग्जाम्पल है ना भी तुसी एक प्रोजेक्ट दे विच ना एक हीरो है एक विलन है, तुसी विलन नू फॉलो ना करो जो उन्हें ग्लोरीफाई किया हो, सो जिहड़ा चंगा बंदा ना तुसी वो देखो भी वो की करता पिया है ना, उहदी पॉजिटिविटी तुसी वो बंदे दी देखो चंगा देखो, लोग उन्हें एपरीशिएट भी करते हैं जे तुसी चंगा गाओगे भी, सो यार सीख के आओ, सब तो पहला सीख के आओ, जो मर्जी गाए चलो बट सीख के आओ, लर्निंग इज़ वेरी इंपॉर्टेंट। ठीक है, आप अक्सर सरदूल जी को जो भी याद करना ना हंस के करना, क्योंकि वो अगर खुश सारे नू रख दे सी ते आपा भी उन्हां नू उन्हां दी सोल नू जिहड़ा है खुशी रखना है, ते आई वॉन्ट हुण तक तुहाडे कुछ है जिन्हां ने गाने सुने होने तुहाडे पापा दे सुने होए, आई वॉन्ट कि तुसी अपना कोई गाना गाओ। मेरा गाना आया सीगा हले डेब्यू जिहड़ा वो आना बट जिहड़ा प्लेबैक सीगा साडा आया सीगा साडा एक वैब सीरीज सीगी यार जिगरी कसूती डिगरी, सारे ने बहुत है ना देखी, उहदे च गाणा सीगा जे याद आ सारिआं नूं, इट वॉज कॉल्ड यार गवाउणे सौखे ने परपाउणे ने औखे, एंड या आई विल सिंग दोज लाइन्स जिहड़ियां कि ज़्यादा पसंद कीतियां गईआं सीगीआं रील्स टिकटॉक्स दे उत्ते, ते इट वेंट समथिंग लाइक सच्चियां मुहब्बतां दी तैनू कदर ना आंदी है, उसे नाल लड़ बैठे जो तेनू चाहती है, ओ प्यारा दे मसले गुस्से नाल हल नहीं हुंदे, ओ यार गवाने सौखे ने पर पाने ने औखे, यार गवाने सौखे ने पर पाने ने बट वो जिहड़ी चीज़ां ने वो बस दिमाग च लोग रखन के भी नैगेटिव चीज़ नू ना चूज करन हमेशा, या सो लर्निंग इज़ गुड, जो सीख के आओगे तो भी एप्रीशिएट एप्रीसीएशन का पात्र बनोगे। प्लीज़ हूँ लास्ट जिहड़े लई इंटरव्यू आपां कीता सी कि 27 मई नूं फिल्म आ लगी है पीआर, जाके जरूर देखनी है, एंड थैंक यू सो मच सरंग, थैंक यू सो मच, एंड तुसी देख रहे सी चैनल 7, ते मैं अजय हेलीन सानी, सत श्री अकाल।